Bad man.
ਜੁਗਾਤ ਸਤ ਸੂਰਜ ਮੇ ਪ੍ਰਕਾਸ਼ ਜੁਗ ਜੁਗ ਅਟਲ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਨਿੱਘੀ ਗੋਦ ਦੇ ਅੰਦਰ ਬੜੇ ਪ੍ਰੇਮ ਤੇ ਸਤਿਕਾਰ ਦੇ ਨਾਲ ਹਾਜ਼ਰ ਨੇ ਦਵਾਰੀਆਂ ਗੁਰੂ ਪਿਆਰੀਆਂ ਗੁਰਸਿੱਖ ਸੰਗਤ ਢਾਡੀ ਜਥੇ ਦੀ ਫਤਿਹ ਪ੍ਰਵਾਨ ਕਰੋ। ਕੋਈ ਵੀ ਰਸਨਾ ਬਾਂਝੀ ਨਾ ਜਾਵੇ। ਹਾਜ਼ਰੀ ਚਾਉਂਦੇ ਹੋਏ ਇੱਕ ਵਾਰ ਆਖੋ ਵੱਜ ਵੱਜ ਕੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਿਛਲੇ ਇੱਕ ਮਹੀਨੇ ਤੋਂ ਜੋ ਸਿੱਖ ਸੰਗਤਾਂ ਦੀ ਸੇਵਾ ਦੇ ਵਿੱਚ ਗੁਰਦੁਆਰਾ ਸਿੰਘ ਸਵਾਰੇ ਤਨ ਅਸੀਂ ਸੰਗਤਾਂ ਦੀ ਸੇਵਾ ਗੁਰ ਇਤਿਹਾਸ ਸਿੱਖ ਇਤਿਹਾਸ ਸਾਡੇ ਕੌਮੀ ਇਤਿਹਾਸ ਦੇ ਨਾਲ ਕੀਤੀ ਹੈ। ਅੱਜ ਦਾ ਇਸ ਸੂਰਤ ਦੇ ਵਿੱਚ ਜਿੱਥੇ ਦਾ ਆਖਰੀ ਦੀਵਾਨ ਹੈ ਜਿੰਨਾ ਸਮਾਂ ਮੈਂ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹੋਇਆ ਆਓ ਬੜੇ ਪ੍ਰੇਮ ਤੇ ਸਤਿਕਾਰ ਦੇ ਨਾਲ ਕੌਮ ਦੇ ਉਹ ਖੂਨੀ ਪੱਤਰੇ ਕੌਮ ਦੇ ਉਹ ਤਸ਼ੱਦਦ ਦਾ ਜਿਹੜਾ ਦੌਰ ਚੱਲਿਆ ਉਹਦੇ ਆਪਾਂ ਵਿਚਾਰਾਂ ਸਾਂਝੀਆਂ ਕਰ ਰਹੀਆਂ ਨੇ। ਜਿੱਥੇ ਮੈਂ ਸਾਰੀਆਂ ਸੰਗਤਾਂ ਦਾ ਧੰਨਵਾਦ ਕਰਦਾ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਧੰਨਵਾਦ ਕਰਦਾ ਜੋ ਅੱਜ ਦੇ ਵੀਡੀਓ ਦੀ ਸੇਵਾ ਮੇਰਾ ਵੀਰ ਦਰਸ਼ਨ ਸਿੰਘ ਲੈ ਰਹੇ ਨੇ ਮੈਂ ਇਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਕਰਦਾ। ਅੱਜ ਸਿੱਖ ਜਗਤ ਦਾ 29 ਜੂਨ ਹੈ। 29 ਜੂਨ ਅੱਜ ਸ਼ੇਰ ਪੰਜਾਬ ਮਹਾਰਾਜਾ ਰਣਜੀਤ ਸਿੰਘ ਨੂੰ ਯਾਦ ਕੀਤਾ ਜਾ ਰਿਹਾ ਹੈ। ਮੈਂ ਗੱਲ ਇੱਥੋਂ ਸ਼ੁਰੂ ਕਰਨੀ ਹੈ ਧਿਆਨ ਦੇਣਾ ਤੇ ਅੱਜ ਦੇ ਜੋ ਕੌਮ ਦੇ ਹਾਲਾਤ ਬਣੇ ਹੋਏ ਨੇ ਜਣਾ ਖਣਾ ਕੋਈ ਢੇਕੀ ਕੋਈ ਦੰਭੀ ਕੋਈ ਅਖੌਤੀ ਕੋਈ ਬਲਾਤਕਾਰੀ ਸਾਡੇ ਤੇ ਵਾਰ ਕਰ ਰਿਹਾ ਉਸ ਕੌਮ ਨੂੰ ਜ਼ਲੀਲ ਕਰ ਰਿਹਾ ਹੈ। ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਨੂੰ ਯਾਦ ਕਰ ਰਹੇ ਹਾਂ। ਉਹ ਮਰਦ ਉਹ ਜਰਨੈਲ ਉਹ ਜਿਸਨੇ ਦੁਨੀਆਂ ਦੇ ਮੰਚ ਤੇ ਸਿੱਖਾਂ ਨੂੰ ਮਾਰਸ਼ਲ ਕੌਮ ਵਜੋਂ ਪੇਸ਼ ਕਰ ਦਿੱਤਾ ਉਹਦੇ ਜਾਂਬਾਜ਼ ਜਰਨੈਲਾਂ ਨੇ ਸਿੱਖ ਧਰ ਦੀ ਬਾਜ਼ੀ ਲਗਾ ਕੇ ਸਾਡਾ ਸਿੱਖ ਰਾਜ ਕਾਇਮ ਰੱਖਿਆ। ਜਦੋਂ 27 ਜੂਨ 1839 ਨੂੰ 58 ਸਾਲ 7 ਮਹੀਨੇ 26 ਦਿਨ ਦੀ ਆਜੂ ਭੋਗ ਕੇ ਜੋ ਮਹਾਰਾਜ ਕਹਿੰਦੇ ਨੇ ਜੋ ਆਇਆ ਸੋ ਚੱਲ ਸੀ ਸਭ ਕੋਈ ਆਈ ਵਾਰੀ ਹੈ ਜਾਣਾ ਸਭ ਨੇ ਉਹ ਅਲਵਿਦਾ ਕਹਿ ਗਿਆ ਨਾ। ਉਸ 27 ਜੂਨ ਤੋਂ 2 ਕੁ ਵੀਕਾਂ 2 ਕੁ ਹਫ਼ਤੇ ਪਹਿਲਾਂ ਉਹਨੇ ਇੱਕ ਦਰਬਾਰ ਲਗਾਇਆ ਸੀ ਤੇ ਦਰਬਾਰ ਦੇ ਵਿੱਚ ਪੰਜਾਬੀਆਂ ਦੇ ਨਾਲ ਜਰਨੈਲਾਂ ਦੇ ਨਾਲ ਅਹਿਲਕਾਰਾਂ ਦੇ ਨਾਲ ਵਜ਼ੀਰਾਂ ਦੇ ਨਾਲ ਉਹਨੇ ਦਿਲ ਖੋਲ ਕੇ ਗੱਲਾਂ ਕੀਤੀਆਂ ਤੇ ਉਸ ਜਰਨੈਲ ਨੇ ਇੱਕ ਗੱਲ ਆਖੀ ਆਪਦੇ ਜਰਨੈਲਾਂ ਨੂੰ ਸੂਰਮਿਆਂ ਨੂੰ ਪਰਉਪਕਾਰੀਆਂ ਨੂੰ ਕਹਿੰਦਾ ਸੂਰਮਿਓ ਮੇਰੇ ਖਾਲਸੇ ਵੇਖਿਓ ਜੇ ਕਿਸੇ ਆਸ ਵਿੱਚ ਹੀ ਨਾ ਭਿੜ ਪਿਓ ਤੁਹਾਡੇ ਵਿੱਚ ਕਿਤੇ ਫੁੱਟ ਨਾ ਪੈ ਜਾਵੇ। ਕਵੀ ਨੇ ਬੜੇ ਕਮਾਲ ਦੀਆਂ ਲਾਈਨਾਂ ਲਿਖੀਆਂ ਵਧਾਤਾ ਸਿੰਘ ਪੀਰ ਹੋਇਆ ਜੋ ਉਸ ਦੀਆਂ ਲਾਈਨਾਂ ਨੇ ਉਹ ਮਰਦ ਦੇ ਕਹੇ ਹੋਏ ਬੋਲ ਉਹ ਕਹਿੰਦਾ ਤੁਸੀਂ ਤੇਜ਼ ਤਲਵਾਰਾਂ ਹੋ ਕਣਕ ਭਰੀਆਂ ਆਪਸ ਵਿੱਚ ਹੀ ਕਿਤੇ ਖੜਕਣਾ ਨਾ ਤੁਸੀਂ ਤੀਰ ਤਨਿਆਲੇ ਹੋ ਵੈਰੀਆਂ ਲਈ ਆਪਸ ਵਿੱਚ ਵੱਜ ਕੇ ਰੜਕਣੇ ਮੈਂ ਤੁਸੀਂ ਬਿਜਲੀਆਂ ਸੂਰਮ ਗੱਡੀ ਦੀਆਂ ਕਹਿੰਦੇ ਆਪਣੇ ਝੁੱਗੇ ਤੇ ਕੜਕਣੇ ਮੈਂ ਤੁਸੀਂ ਸੁੱਗਾ ਦਰੂਦ ਹੋ ਖਾਲਸਾ ਦੀ ਕਿਤੇ ਘਰ ਦੇ ਵਿੱਚ ਹੀ ਭੜਕਣਾ। ਆ ਉਸ ਮਰਦ ਨੇ ਤੋਹਫ਼ਾ ਪ੍ਰਗਟ ਕੀਤਾ ਸੀ ਪਰ ਗੱਲ ਉਹੀ ਹੋਈ ਸਿੱਖ ਕੌਮ ਸਾਡੇ ਕੌਮ ਦੇ ਜਰਨੈਲ ਆਪਸ ਵਿੱਚ ਭਿੜ ਪਏ। ਫਿਰ ਉਹ 100 ਸਾਲ ਕੁਰਬਾਨੀਆਂ ਕਰਕੇ ਲਿਆ ਹੋਇਆ ਰਾਜ ਅਸੀਂ 10 ਸਾਲਾਂ ਦੇ ਵਿੱਚ ਗਵਾ ਕੇ ਬਹਿ ਗਏ। 29 ਮਾਰਚ 1849 ਨੂੰ ਲਾਹੌਰ ਦੇ ਕਿਲ੍ਹੇ ਤੇ ਝੁੱਲਦਾ ਕੇਸਰੀ ਨਿਸ਼ਾਨ ਉਹਨੂੰ ਲਾ ਦਿੱਤਾ ਗਿਆ ਉੱਥੇ ਜੂਨੀਅਨ ਜੈਕ ਦਾ ਝੰਡਾ ਝੁਲਾ ਦਿੱਤਾ ਗਿਆ। ਗੁਲਾਮੀ ਦੀਆਂ ਜ਼ੰਜੀਰਾਂ ਇਹ ਗੁਲਾਮੀ ਦਾ ਸਮਾਂ ਫਿਰ ਕਿੰਨਾ ਚੱਲਿਆ 98 ਸਾਲ 98 ਸਾਲ ਲੰਘ ਗਏ। ਫਿਰ ਹਿੰਦੁਸਤਾਨ ਦੇ ਅੰਦਰ ਲਹਿਰਾਂ ਚੱਲੀਆਂ ਜਥੇਬੰਦੀਆਂ ਹੋਣ ਵਿੱਚ ਆਈਆਂ ਕਈ ਨਰਮ ਖਿਆਲੀਏ ਹੋਏ ਕਈ ਗਰਮ ਖਿਆਲੀਏ ਹੋਏ ਕਈ ਕਹਿੰਦੇ ਸੀ ਗੁਜ਼ਾਰੇ ਕਰਕੇ ਆਪਾਂ ਆਜ਼ਾਦੀ ਲੈ ਲਾਂਗੇ ਤੇ ਦੂਜੇ ਦੀ ਰਾਇ ਸੀ ਨਹੀਂ ਜੇ ਇੱਟ ਚੁੱਕ ਦੇ ਦੁਸ਼ਮਣ ਦਾ ਜਵਾਬ ਪੱਥਰ ਨਾਲ ਨਾ ਦਿੱਤਾ ਜਾਵੇ ਉਹਦੇ ਹੋਸ਼ ਟਿਕਾਣੇ ਨਹੀਂ ਆਉਂਦੇ ਆਓ ਕਹਿੰਦੇ ਲੜਕੇ ਜੂਝ ਕੇ ਆਜ਼ਾਦੀ ਲਈਏ। ਸਮਾਂ ਆ ਗਿਆ ਜਦੋਂ ਅਗਸਤ ਦੇ ਵਿੱਚ 1947 ਦੇ ਵਿੱਚ ਹਿੰਦੁਸਤਾਨ ਆਜ਼ਾਦ ਹੋ ਗਿਆ। 98 ਸਾਲ ਬਾਅਦ ਅਸੀਂ ਆਜ਼ਾਦੀ ਹਾਸਲ ਕੀਤੀ ਪਰ ਉਦੋਂ ਸਿੱਖ ਕੌਮ ਦੇ ਅਜੋਗ ਆਗੂ ਐਸੀ ਵਚਨਬੱਧੀ ਕਰ ਬੈਠੇ ਉਹਨਾਂ ਨੇ ਅੰਗਰੇਜ਼ ਸਾਮਰਾਜ ਦਾ ਜਿਹੜਾ
ਜੂੜਾ ਘਰ ਚੋਂ ਲਾਇਆ ਸੀ ਹਿੰਦੁਸਤਾਨ ਦੇ ਲੋਕਾਂ ਦੇ ਕੋਲੋਂ, ਪਰ ਉੱਥੇ ਆਹ ਗਲਤੀ ਹੋ ਗਈ ਕੌਮ ਦੇ ਆਗੂਆਂ ਕੋਲੋਂ, ਪੰਥ ਦੇ ਆਗੂਆਂ ਕੋਲੋਂ, ਹਿੰਦੂ ਸਾਮਰਾਜ ਦੀ ਪੰਜਾਲੀ ਉਹਨਾਂ ਨੇ ਆਪਣੇ ਗਲ ਚ ਪਵਾ ਲਈ, ਹਿੰਦੂ ਸਾਮਰਾਜ ਦੀ। ਫਿਰ ਉਸ ਤੋਂ ਬਾਅਦ ਜਿਹੜਾ ਹਿੰਦੂ ਸਾਮਰਾਜ ਦੇ ਵਿੱਚ ਸਿੱਖਾਂ ਦੇ ਨਾਲ ਵਿਤਕਰ ਅਤੇ ਸਿੱਖਾਂ ਦੇ ਨਾਲ ਧੱਕੇਸ਼ਾਹੀ ਦਾ ਦੌਰ ਆਰੰਭ ਹੋਇਆ, ਉਹਦੀਆਂ ਮੈਂ ਮਿਸਾਲਾਂ ਤੁਹਾਡੇ ਸਾਹਮਣੇ ਪੇਸ਼ ਕਰਦਾ। ਸਿਰਫ 55 ਦਿਨ ਬਾਅਦ 10 ਅਕਤੂਬਰ 1947 ਨੂੰ ਸਾਨੂੰ ਜ਼ਰੈਨ ਪੇਸ਼ਾ ਲੋਕ ਕਰਾਰ ਦੇ ਦਿੱਤਾ ਗਿਆ, ਉਹ ਦੇਸ਼ ਦੇ ਲਈ ਜਿੱਥੇ 121 ਦੇ ਵਿੱਚੋਂ 93 ਫਾਂਸੀ ਤੇ ਚੜ੍ਹੇ, ਜੇ ਉਮਰ ਕੈਦ 2647 ਨੂੰ ਹੁੰਦੀ ਆ, 2146 ਸਿੱਖ ਸਨ, ਜੇ ਜ਼ਿਲ੍ਹੇ ਵਾਲੇ ਵਾਰ ਦੇ ਵਿੱਚ 1300 ਸ਼ਹੀਦ ਹੁੰਦੇ ਨੇ, 799 ਸਿੱਖ ਸਨ, ਜੇ ਅਕਾਲੀ ਮੋਰਚੇ ਦੇ ਵਿੱਚ 500 ਕੈਦ ਕੱਟਦੇ ਨੇ, ਉਹ 500 ਦੇ 500 ਸਿੱਖ ਸਨ, ਜੇ ਗੁੱਗਾ ਲਹਿਰ ਦੇ ਵਿੱਚ 91 ਸਨ ਜੀ, ਉਹ ਉਸ ਅੰਗਰੇਜ਼ ਦੇ ਵਿਰੁੱਧ ਬੋਲਦੇ ਨੇ, ਉਹ ਸਿੱਖ ਸਨ। ਇਸੇ ਤਰ੍ਹਾਂ ਬਚਪਨ ਦੇ ਘਾਟ ਤੇ ਜੇ 113 ਨੂੰ ਗੋਲੀ ਮਾਰੀ ਜਾਂਦੀ ਹੈ, ਉਹਦੇ ਵਿੱਚੋਂ 67 ਸਿੱਖ ਸਨ। ਵੇਖੋ ਐਡੀ ਕੁਰਬਾਨੀ ਕਰਨ ਵਾਲੀ ਸਿੱਖ ਕੌਮ ਦੇ ਨਾਲ ਫਿਰ ਜੋ ਵਿਤਕਰੇ ਹੋਏ, ਸਾਡੇ ਤੇ ਕਾਨੂੰਨ ਐਸੇ ਲਾਗੂ ਕੀਤੇ ਗਏ, ਸਮਾਂ ਆਇਆ ਪੰਜਾਬੀ ਸੂਬੇ ਦੀ ਵੰਡ ਦਾ। ਵੇਖੋ ਪੰਜਾਬੀ ਸੂਬੇ ਤੇ ਜਦੋਂ ਬੋਲੀਆਂ ਦੇ ਆਧਾਰ ਤੇ ਸੂਬਿਆਂ ਦੀ ਵੰਡ ਹੋਈ ਨਾ, ਫਿਰ ਪੰਜਾਬੀਆਂ ਦਾ ਸਿੱਖਾਂ ਦੇ ਨਾਲ ਵਿਤਕਰਾ ਕਿਉਂ? ਵੇਖੋ ਕਰਨਾਲ ਦੇ ਵਿੱਚ ਇੱਕ ਮਾਸੂਮ ਬੱਚਾ 1954 ਦੇ ਵਿੱਚ ਮਾਸੂਮ, ਉਹਦਾ ਨਾਮ ਸੀ ਇੰਦਰਜੀਤ ਸਿੰਘ, ਇੰਦਰਜੀਤ ਸਿੰਘ, ਉਮਰ 11 ਸਾਲ, ਪ੍ਰਾਇਮਰੀ ਚ ਪੜ੍ਹਦਾ, ਹਜੇ 11 ਸਾਲ ਦਾ ਉਹ ਬੱਚਾ ਸਕੂਲੋਂ ਵਾਪਸ ਘਰ ਨੂੰ ਆ ਰਿਹਾ, ਕਹਿੰਦੇ ਉਹਨੇ ਆਪਣੇ ਮੁੱਖ ਤੋਂ ਕਹਿ ਦਿੱਤਾ ਪੰਜਾਬੀ ਸੂਬਾ ਜ਼ਿੰਦਾਬਾਦ। ਫਿਰ ਉੱਥੋਂ ਦੀ ਪੁਲਿਸ ਨੇ ਉਹਨੂੰ ਚੁੱਕਿਆ ਤੇ ਚੁੱਕ ਕੇ ਖੂਹ ਦੇ ਵਿੱਚ ਸੁੱਟ ਦਿੱਤਾ ਗਿਆ। ਆ ਪਿਛਲੇ ਸਮਿਆਂ ਅੰਦਰ ਇੱਕ ਪ੍ਰਿੰਸ ਨਾਮ ਦਾ ਉਸ ਇਲਾਕੇ ਵਿੱਚ ਮੁੰਡਾ ਡਿੱਗਿਆ ਸੀ ਖੂਹ 'ਚ, ਪੂਰੇ ਹਿੰਦੁਸਤਾਨ ਦੀ ਫੌਜ ਲਾਈ ਉੱਥੇ, ਫੌਜ ਸੱਦੀ ਉੱਥੇ, ਇਲੈਕਟ੍ਰੋਨਿਕਸ ਮੀਡੀਆ ਨੇ ਉਹਨੂੰ ਲਾਈਵ ਵਿਖਾਇਆ ਗਿਆ, ਪਰ ਉਹ ਇੰਦਰਜੀਤ ਤਾਂ ਉੱਥੋਂ ਦੇ ਰਾਕਿਆਂ ਨੇ ਆਪ ਹੱਥੀਂ ਸੁੱਟ ਦਿੱਤਾ ਸੀ ਖੂਹ ਦੇ ਵਿੱਚ, ਉਹਨੂੰ ਕੱਢਣ ਵਾਸਤੇ ਵੀ ਤਿਆਰ ਨਾ ਹੋਈ। ਕਿਉਂ? ਉਹ ਸਿੱਖਾਂ ਦਾ ਮੁੰਡਾ ਸੀ, ਉਹ ਸਿੱਖਾਂ ਦਾ ਮੁੰਡਾ ਸੀ। ਵਿਤਕਰੇ ਵੱਧਦੇ ਗਏ, ਵਿਤਕਰੇ ਇੰਨੇ ਵੱਧ ਗਏ, ਜੇ ਹਿੰਦੁਸਤਾਨ ਦੀ ਪ੍ਰਾਈਮ ਮਿਨਿਸਟਰ ਇੰਦਰਾ ਗਾਂਧੀ ਵੋਟਾਂ ਲੈ ਕੇ ਉਹ ਪ੍ਰਾਈਮ ਮਿਨਿਸਟਰ ਬਣਦੀ ਹੈ, ਜੇ ਉਹ ਕੈਦ ਵਿੱਚ ਜਾਂਦੀ ਹੈ, ਉਹਦੇ ਰੋਸ ਦੇ ਵਿੱਚ ਜੇ ਪਾਂਡੇ ਭਰਾ ਚੋਗਾ ਜਹਾਜ਼ ਅਗਵਾ ਕਰਦੇ ਨੇ, ਉਹਨਾਂ ਨੂੰ ਟਿਕਟਾਂ, ਉਹਨਾਂ ਨੂੰ ਕੁਰਸੀਆਂ। ਭਾਈ ਮਨਜੀਤ ਸਿੰਘ ਉਰਫ ਮੁਸੀਬਤ ਸਿੰਘ ਜੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਿਆਦਰੀ ਦੇ ਵਿਰੋਧ ਜਹਾਜ਼ ਅਗਵਾ ਕਰਦਾ, ਉਹਨੂੰ ਮਿਲਦੀ ਹੈ ਗੋਲੀ, ਉਹਨੂੰ ਗੋਲੀ ਮਿਲਦੀ ਹੈ, ਕਿਉਂਕਿ ਉਹ ਸਿੱਖਾਂ ਦਾ ਮੁੰਡਾ ਹੈ, ਸਿੱਖਾਂ ਦਾ ਮੁੰਡਾ ਹੈ। ਇੰਨੀ ਨਫ਼ਰਤ ਸੀ ਸਿੱਖਾਂ ਦੇ ਨਾਲ ਉਸ ਦੇਸ਼ ਦੇ ਨਾਲ, ਸੁਣਿਓ, ਮੇਨਕਾ ਗਾਂਧੀ, ਉਹਨੇ ਰਾਜੀਵ ਗਾਂਧੀ ਦੇ ਵਿਰੁੱਧ ਚੋਣ ਲੜੀ, ਪਰ ਕੱਟੜਵਾਦੀ ਸੋਚ ਵਾਲਿਆਂ ਨੇ ਆਹ ਨਾਰੇ ਮਾਰੇ ਉਦੋਂ, ਇਹ ਬੇਟੀ ਹੈ ਸਰਦਾਰ ਕੀ, ਦੇਸ਼ ਸਿਕਦਾਰ ਕੀ। ਉਹ ਜਿਹੜੇ ਆਹ ਸੋਚ ਰੱਖਦੇ ਨੇ ਮੇਨਕਾ ਗਾਂਧੀ ਦੇ ਲਈ, ਉਹ ਇੱਕ ਜਿਹੜੀ ਬੀਬੀ ਪੰਜ ਕਕਾਰਾਂ ਦੇ ਵਿੱਚ ਪੂਰੀ ਹੋਵੇ, ਸਿੱਖੀ ਮਰਜ਼ਾਦਾ ਦੇ ਵਿੱਚ ਪੂਰੀ ਹੋਵੇ, ਉਹਦੇ ਲਈ ਕੀ ਸੋਚ ਰੱਖਦੇ ਹੋਣਗੇ, ਇਹਦਾ ਅੰਦਾਜ਼ਾ ਤੁਸੀਂ ਆਪ ਲਗਾ ਸਕਦੇ ਹੋ। ਫਿਰ ਅੱਗੇ ਵੇਖੋ, ਸਮਾਂ ਆਪਣੀ ਚਾਲ ਚੱਲਦਾ ਗਿਆ, ਅੱਗੇ ਕੀ ਹੋਇਆ? ਅੱਗੇ ਜੇ ਕੌਮ ਦੀ ਵਾਰ ਦੌਰ ਸੰਤ ਬਾਬਾ ਜਗਰਾਜ ਸਿੰਘ ਭਿੰਡਰਾਂ ਵਾਲੇ ਨੇ ਸੰਭਾਲੀ, ਫਿਰ ਧਰਿੰਦਰ ਬ੍ਰਹਮਚਾਰੀ, ਉਹਦੇ ਕੋਲੋਂ 500 ਬੰਦੂਕਾਂ ਪਕੜੀਆਂ ਗਈਆਂ, ਫੈਕਟਰੀ ਪਕੜੀ ਗਈ, ਉਹਦੇ 'ਤੇ ਕੋਈ ਕੇਸ ਦਰਜ ਨਹੀਂ ਹੋਇਆ। ਜੇ ਸਿੱਖਾਂ ਦੇ ਕੋਲ ਇੱਕ ਅੱਧੀ ਪਕੜੀ ਜਾਂਦੀ ਆ, ਉਹਦੇ 'ਤੇ ਕੇਸ ਦਰਜ। ਜੇ ਪਬਲਿਕ ਮਾਰ ਦੇ ਕੋਲੋਂ 230 ਹੈਂਡ ਗ੍ਰਨੇਡ ਪਕੜੇ ਗਏ, ਉਹਦੇ 'ਤੇ ਕੋਈ ਕੇਸ ਦਰਜ ਨਹੀਂ। ਜੇ ਸਿੱਖ 'ਤੇ ਸ਼ੱਕ ਪੈ ਜਾਵੇ, ਉਹਨੂੰ ਜੇਲ੍ਹ 'ਚ ਸੁੱਟਿਆ ਜਾਂਦਾ। ਜੇ ਉਦੋਂ ਇੰਦਰਾ ਗਾਂਧੀ ਬੋਲੀ ਸੀ, ਪਿਛਲੇ ਦਿਨਾਂ ਦੇ ਵਿੱਚ ਮੁੰਬਈ ਦਾ ਇੱਕ ਸ਼ਰਤ ਸਾਫ ਗੁੰਡਾ ਬਾਲ ਠਾਕਰੇ ਬੋਲ ਰਿਹਾ ਜੀ, ਉਦੋਂ ਇੰਦਰਾ ਗਾਂਧੀ ਨੇ ਆ ਗੱਲ ਕਹੀ ਸੀ, ਉਹ ਸਿੱਖੋ ਪੰਜਾਬ ਦੇ ਵਿੱਚ ਆਵਾਜ਼ਾਂ ਦਿੰਦੇ ਹੋ ਤੇ ਬਾਹਰਲੇ ਸਿੱਖਾਂ ਬਾਰੇ ਸੋਚਿਓ, ਆਹ ਗੱਲ ਕਹੀ ਸੀ ਸੰਤ ਬਾਬਾ ਜਰਨੈਲ ਸਿੰਘ ਭਿੰਡਰਾਂ ਵਾਲੇ ਨੇ। ਭਾਵੇਂ ਉਹਨੂੰ ਆਖਿਆ ਗਿਆ ਕਿ ਇਹਨੂੰ ਨਫ਼ਰਤ ਦਾ ਪ੍ਰਚਾਰ ਕੀਤਾ, ਆਹ ਗੱਲ ਕਹੀ, ਪਰ ਉਹਨੇ ਬਸ ਇਹੀ ਗੱਲ ਕਹੀ ਸੀ ਪ੍ਰਧਾਨ ਮੰਤਰੀ ਨੂੰ ਇੰਦਰਾ ਗਾਂਧੀ,
ਇਹ ਕੌਮ ਇਕੱਲਾ ਇਕੱਲਾ ਲੱਖਾਂ ਦੇ ਨਾਲ ਜੂਝਣ ਵਾਲਾ ਹੈ। ਜੇ ਤੂੰ ਆਹ ਸੋਚਦੀ ਹੈ ਵੀ ਬਾਹਰਲੇ ਸਿੱਖਾਂ ਬਾਰੇ, ਫਿਰ ਪੰਜਾਬ ਦੇ ਵਿੱਚ ਇਕੱਲੇ ਇਕੱਲੇ ਸਿੱਖ ਨੂੰ ਪੈਂਤੀ ਪੈਂਤੀ ਆਉਂਦੇ ਨੇ। ਤੇ ਅੱਜ ਪਾਲ ਠਾਕਰੇ ਗੱਲ ਕਹਿ ਰਹੇ ਹਨ, ਸਾਨੂੰ ਜ਼ਲੀਲ ਕਰ ਰਹੇ ਹਨ। ਉਹ ਕਹਿੰਦਾ ਸਿੱਖੋ ਕੁਰਬਾਨਾ ਘੁਮਾਉਂਦੇ ਹੋ, ਕਹਿੰਦਾ 84 ਨੂੰ ਭੁੱਲ ਗਏ, ਜੂਨ 84 ਭੁੱਲ ਗਏ, 84 ਨਵੰਬਰ ਭੁੱਲ ਗਏ। ਆਹ ਬਾਲ ਠਾਕਰੇ ਅੱਜ ਆਹ ਗੱਲ ਕਹਿ ਰਿਹਾ, ਸਾਨੂੰ ਜ਼ਲੀਲ ਕੀਤਾ ਜਾ ਰਿਹਾ, ਉਹਦੇ ਤੇ ਕੋਈ ਕੇਸ ਦਰਜ ਨਹੀਂ ਹੋਇਆ। ਅੱਗੇ ਤੱਕਿਓ ਜੀ, ਜੇ ਸੋਮੀ ਅਜਿੱਤਿਆ ਵੇਸ ਕਹਿੰਦਾ ਸੀ ਹਰਿਆਣੇ ਵਿੱਚੋਂ ਸਿੱਖ ਨਿਕਲ ਜਾਣ, ਉਹਦੇ ਤੇ ਕੋਈ ਕੇਸ ਦਰਜ ਨਹੀਂ। ਜੇ ਭੱਟਾਚਾਰਿਆ ਵਰਗੇ ਬੋਲੇ ਨਛੱਤਰ ਸਿੰਘ ਨੂੰ ਫਾਂਸੀ ਦੀ ਸਜ਼ਾ ਦੇ ਦਿਓ, ਉਹਨਾਂ ਤੇ ਕੋਈ ਕੇਸ ਦਰਜ ਨਹੀਂ। ਜੇ ਸੰਘ ਵਾਲੇ ਬੋਲੇ ਬਈ ਰਾਜਸਥਾਨ ਦੇ ਵਿੱਚੋਂ ਸਿੰਘਾਂ ਨੂੰ ਬਾਹਰ ਕਰ ਦੇਣਾ ਚਾਹੀਦਾ ਪੰਜਾਬੀਆਂ ਨੂੰ, ਉਹਨਾਂ ਤੇ ਕੋਈ ਕੇਸ ਦਰਜ ਨਹੀਂ। ਪਰ ਜੇ ਕੋਈ ਸਿੱਖ ਬੋਲਦਾ ਉਹਦੇ ਤੇ ਕੇਸ ਦਰਜ ਕੀਤਾ ਜਾਂਦਾ। ਫਿਰ ਸਿੱਧਾ ਆ ਗਿਆ ਸਾਡੇ ਦਰਬਾਰ ਸਾਹਿਬ ਤੇ ਹਮਲਾ, ਸ੍ਰੀ ਅਕਾਲ ਤਖਤ ਸਾਹਿਬ ਨੂੰ ਭੈ ਢੇਰੀ ਕਰ ਦਿੱਤਾ ਗਿਆ। ਸਮਾਂ ਜਿਹੜਾ ਨਵੰਬਰ ਦੇ ਵਿੱਚ ਦਿੱਲੀ ਦੇ ਵਿੱਚ ਦੰਗੇ ਵੀ ਹੋਏ। ਦੰਗੇ ਕਿਉਂ ਹੁੰਦੇ ਨੇ? ਜਦੋਂ ਕੋਈ ਆਹਮੋ ਸਾਹਮਣੇ ਟੱਕਰਦੇ ਨੇ, ਲੜਦੇ ਨੇ, ਉੱਥੇ ਸਿੱਖ ਕੌਮ ਦਾ ਕਤਲੇਆਮ ਹੋ ਰਿਹਾ ਹੈ। ਸਾਜਿਸ਼ ਦੇ ਅਧੀਨ ਸਿੱਖ ਕੌਮ ਨੂੰ ਕੋਹ ਕੇ ਪਛਾਣ ਪਛਾਣ ਕੇ ਸਿੱਖਾਂ ਨੂੰ ਨਿਸ਼ਾਨਾ ਟਾਰਗੇਟ ਬਣਾਇਆ ਗਿਆ। ਪਰ ਇਹ ਸਾਰੀਆਂ ਗੱਲਾਂ ਦਾ ਜਿਹੜਾ ਨਤੀਜਾ ਨਿਕਲਦਾ, ਉਹ ਨਤੀਜਾ ਆ ਨਿਕਲਦਾ। ਸੁਣੋ ਪਿਆਰ ਦੇ ਨਾਲ ਮੇਰੇ ਸਾਥੀ ਸੁਖਦੇਵ ਸਿੰਘ ਕਿਹੜੇ ਸਾਥੀ ਸਿੰਘ ਕਿਹੜੇ ਅਤੇ ਸੁਖਪਾਲ ਸਿੰਘ ਡੋਟਬੰਦ ਗਾ ਕੇ ਇੰਝ ਦੱਸ ਰਹੇ
ਵਿਰੁੱਧ ਰਹਿ ਗਏ।
नौजवान जी जवानी सी वो बदला लेने वास्ते करोले लै रही सी। देखो समा कैसा आ गया। इस कवि ने बड़े कमाल का लिखा वो कहना असल बूहे खड़काए अदालतों के पर मिलिया नहीं इंसाफ सानू और थोड़े विचों सरबंध बेअंत दसते कह दिता सी जजा ने साफ सानू जेकर अज भी असी खामोश रहीए कौम कदे ना करेगी माफ सानू असी जान के नहीं खिलाफ होए गौरमेंट ने किया खिलाफ सानू। फिर 29 अप्रैल 1986 दे विच खालिस्तान की मुकम्मल आजादी का पंथ कमेटी ने ऐलान कर दिया। यह सारे अखबारों में पढ़िया बाबा गुरबचन सिंह मानोचंद बसंत सिंह जफरवाल भाई धन्ना सिंह भाई अरूप सिंह भाई गुरदेव सिंह ये उस पंथ कमेटी के मैंबर बने। फिर वो जथेबंदियां अगे आईया जिन्हां ने नौजवानों ने अपने घर बार छड़े अपने माता पिता को छड़िया सुखदेव सिंह बब्बर का नाम आता बाबा गुरबचन सिंह महाचाह का नाम आता भाई सुखविंदर सिंह संघे का नाम आता रिशपाल सिंह छिंदड़ा का नाम आता इन्हों सूरमे के नाम आते हैं भाई लाभ सिंह वर्गे मीनी सिंह चहेलू वर्गे वो परोपकारी योधे डॉक्टर दलेर सिंह बुट्टर वर्गे डॉक्टर गुनाम सिंह बुट्टर वर्गे जो भी अगे हुए। फिर आखिरी हूँ दौर चलिया तशद्दुद का ध्यान देना। मैं दो चीज़ा इतने ऐसा बोलनिया दो चीज़ा वो ध्यान सुनो दो चीज़ों के बीच पहले नंबर पर समा आया सी उदों मुगल हुकूमत सी जिहड़ा ज़करिया खान सी वह मुसलमान सी एक पट्टी का हाकम वह भी मुसलमान है उन्हें दिल होया कि क्योंकि इस घटना के पिछे भाई तारू सिंह का साका होया मुसलमान की धी वह नाम से माछी रहीम बख्श का नाम से लोग गरीब करके माछी माछी कहते हैं। देखो रहीम बख्श मुसलमान जिहड़ा धक्का करता वह भी मुसलमान जिहड़ा उस समय रात सी ज़करिया खान भी मुसलमान पर उदों भी इंसाफ नहीं सी मिलिया। माछी गया तो सी सूबेदार की कचहरी में ज़करिया खान के पास मैं इंसाफ नहीं उन्होंने धक्के मिले सी। समा आया जब बेअंत सिंह की सरकार बनी वह भी सिख डी पी के पी एस गिल भी सिख अजीत संधू वर्गे वह भी सिख जिन्होंने टारगेट बनाया गया नौजवानों को वह भी सिख। देखो शैताना ने कैसी चाल चली समा उदो ज़करिया खान का वेखो उदो भी तिने मुसलमान तो इधर अज भी तिने सिख ने लावारस लाशां झूठे पुलिस मुकाबले इस गल की गवाही भरते हैं कहते पाप ने घरे लत मार दवाए और ना हालातों पैदा हो जाते हैं सरदार जी जेडे हालात जल लोग पैदा कर दिया करते हैं उन्होंने हालातों में ही पैदा हो जाते हैं। समा सी ढिकी बेनती पीस ने बलटोहे तो सुरजीत सिंह नौजवान चुके एक होर नौजवान पिंड तो चुकया गया तशद्दुद अन्ना हो गया अन्ना तशद्दुद जब होया अपने जानी मुकाबला बना के गोलियां मारिया हम पोस्टमार्टम वास्ते उन्होंने पट्टी के सिविल हस्पताल के लिया गया डॉक्टर बाहर गए हुए सन जब पुलिस पार्टी लैके आई उस समय जितने पोस्टमार्टम होना सी उत्थे दो लाशां रख दित्तियां गईयां नौजवानां दीयां एक दी 20 साल की उम्र सी एक दी 22 साल की उम्र सी एक लाश नूं फर्श ते पाया गया ते दूजी लाश टेबल ते पाई गई ते दो सिपाही ड्यूटी ते उत्थे खड़े करके जिहड़ा थानेदार सी परमजीत तेजा अते सीता राम उह तां वापस चले गए ते कर्मवीर जिहड़ा इक उत्थे सेवा करदा सी सेवादार सी लाशा रोज आजवाना दिन उदो कोई ऐसा दिन नहीं सी जिस दिन झूठे पुलिस मुकाबले की कोई खबर ना छपती होगी उन्हें टेबल से पी लाश से मुख तो जो कपड़े
कपड़ा चुकिया उन्हें देखिया सोना सुनखा लाली चेहरा लगना लथपथ सी उत्ते कपड़ा दे दिता जब थले फर्श ते पई लाश उन्हें मन में सोचा मैं ई देखा ए नौजवान दी उम्र कितनी का जब उस ने उस पे मुख तो कपड़ा चुकिया ओदिया अखा खुलिया सी जब अखा खुलिया देखिया ते आवाज आई पानी जब पानी की आवाज आई एकदम डर गया मन में सोचा ये भूत तो नहीं ये भूत का भी जोड़ा बहम बचपन में चुंबड़ के बुढ़ापे तक नहीं लगता एकदम दरवाजे को चलिया गया पर उन्हें दूजी वे फिर आवाज दी पानी फिर मन में सोच लिया ये हजे मरिया नहीं ये जिंदा है अगे होया अगे होके पानी का घुटता उन्हें मूंह के पा दिता उस नौजवान के जिन्हें सह चलते नहीं हजे पर मरिया समझ के उथे लिया गया सी जब डॉक्टर डॉक्टर जसवंत सिंह के पास गया वह एकदम आए उसका इलाज शुरू कर दिता उन्होंने ग्लूकोज लगाया गया जब सिपाहियों ने देखा भी एदा इलाज लग पिया जिंदा है उन्होंने हथां दे तोते उठ गए कहते पैरों की जुत्तियां नहीं सी पाइया हुई क्योंकि हथा करने की पै गई असं मार के लिया यह हजे जिंदा है नौजवान उधर इलाज हो रहा सी फिर लोगों का भी भारी इकट्ठ हो गया जब लोगों का इकट्ठ होया उठे एक चार चल गया सीताराम आप तो उथे खलोता रहा पर अपने छोटे अफसर को इशारा कर दिता उन्हें जो ग्लूकोज लगे हुए सन ये सुरजीत सिंह हरभजन सिंह का लड़का माता दर्शन कौर का सपुत्र से बलदूहे पिंड तो चुकया गया कहते बोल नहीं सी सकता क्योंकि गोली मारी गई कन्न के विच जब कन्न के विच गोली मारी गई अपने जाने मारिया गया यह बच गया सी पर सुनो हट गया सी इसमें इन्हें लिख के ही दस दिता मैं बलदूहे पिंड का हाँ मेरे बाप का नाम हरभजन सिंह है माता का नाम दर्शन सिंह है तो मैं 15 दिन हो गए चुके हैं तशद्दुद मेरे ते इन्ना करते रहे ने अब मेरा मुकाबला बना के सू मार के इतने लैके आए सर ये मापिया ने भी खबर पहुंच गई पर उधर उधर सीता राम ने लोगों ने इकट्ठ अगे खड़ा होना मंजूर कर लिया पर दूजे पास लग्या हुआ वह ग्लूकोज तोड़ दिता गया जो इलाज कर रहे डॉक्टर सन उन्होंने ना हथों पाई हुई पुलिस जैसी में सुट के नहर के कोते लैके गई उसे मुकाबला में गोलियां मारिया फिर दोबारा 15 मिनट बाद लेके आ गई इन चेर मापे भी पहुंच गए जो पोस्टमार्टम करके जो शमशान भूमि में लै गए ना उधर माता पिता ने पता लग गया भी साडा पुत माता दर्शन कौर पुत की ममता च मारी हुई दौड़ी जा रही सी उन्हें इतने ड्रामा किया कमली की बन गई सिपाहियों ने रोके कौन है अगे नहीं जा सकती तो कहती मैं तो वेखनिया ने लाशा किस दिया जब थोड़ा जा होर अगे हुई एक सिपाही ने पहचान लिया ये तो इस सुरजीत सिंह की मां है वह कहना इस टाइम पोते बस कह की देर सी एक ने माता को गलबकड़ी मचलिया धू के पिछड़ लै गया और माता दिया धूफा निकल गई कहती मैं दसूं जे तुम मेरे पुत को मार ही दिता है मैं मेरा पुत का मुख तो वेख दे दौ मुख तो वेख लेते हो मैं हाथ जोड़ दिया मेरे पुत को मेरिया अखा सामने लवाश कह के ना कि साड़ दू और मां खलोती हो गए तो सामने पुत की चिखा तेल पा के इं कह के अग ला दिती भी यदा कोई वाली वारस यह लवारस है ये देखो इस तरह बनते रहे अब नैरों इस गल की गवाही भरते ने जो लाशा उठे डिग गई सन वो सीन और नजारा ढाडी जत्था इन पेश कर रहे
ਕਿਸੇ ਨਹਿਰ ਜਾਂ ਕਿਸੇ ਡਰੇਨ ਦਾ ਪੁਲ ਮਾਤਾ ਮੇਰੀ ਕੀ ਮੁਕਾਬਲਾ ਸੀ
ਉਸਦੀ 90 ਸਾਲ
ਸੰਗਤ ਜੀ 90 ਸਾਲ ਦੀ ਬਜ਼ੁਰਗ ਮਾਤਾ ਉਹਨਾਂ ਨੂੰ ਇੱਕ ਜਗ੍ਹਾ ਤੇ ਇਕੱਠਿਆਂ ਕਰ ਲਿਆ ਗਿਆ। ਅੱਜ ਵੀ ਉਸ ਵਿਹੜੇ ਦੇ ਵਿੱਚ ਖੜੀ ਹੋਈ ਤਰੇਕ ਇਸ ਗੱਲ ਦੀ ਗਵਾਹੀ ਭਰਦੀ ਹੈ ਜੋ ਇੱਥੇ 1500 ਸਾਲ ਪਹਿਲਾਂ ਜਿਹੜਾ ਤਸ਼ੱਦਦ ਹੋਇਆ ਸੀ। ਲਓ ਸੁਣਿਓ, ਸਭ ਤੋਂ ਪਹਿਲਾਂ ਉਹਨਾਂ ਨੇ ਜਿਹੜੀ ਵੱਡੀ ਸਜ਼ਾ ਭੁਗਤੀ ਨਾ, ਸਭ ਤੋਂ ਪਹਿਲਾਂ ਵੱਡੀ ਸਜ਼ਾ ਇਹ ਮੁਗਲ ਹਕੂਮਤ ਦੇ ਵਿੱਚ ਵੀ ਭੈਣਾਂ ਦੀ ਬੇਇੱਜ਼ਤੀ ਨਹੀਂ ਉਹਨਾਂ ਨੇ ਕੀਤੀ, ਪਰ ਇੱਥੇ ਪੰਜਾਬ ਦਾ ਸੱਚਾ ਸੁੱਚਾ ਸੱਭਿਆਚਾਰ ਇਹ ਆ, ਮੂੰਹ ਧੀ ਦਾ ਜੇ ਸਿਰ ਵੀ ਨੰਗਾ ਹੋਵੇ ਬਜ਼ੁਰਗਾਂ ਦੇ ਉਹ ਵੀ ਮਾੜਾ ਆਖਿਆ ਜਾਂਦਾ, ਪਰ ਉਹਨਾਂ ਨੇ ਪੂਰੇ ਦੇ ਪੂਰੇ ਪਰਿਵਾਰ ਨੂੰ ਇੱਕ ਦੂਜੇ ਸਾਹਮਣੇ ਅਲਫ ਨੰਗਾ ਕਰ ਦਿੱਤਾ ਗਿਆ। ਤੱਕਿਓ, ਉਹ ਪਰਿਵਾਰ ਦੇ ਮੈਂਬਰ ਤਾਂ ਸਭ ਤੋਂ ਵੱਡੀ ਸਜ਼ਾ ਇਹ ਭੁਗਤ ਰਹੇ ਸਨ ਜਦੋਂ ਇੱਕ ਦੂਜੇ ਦੇ ਸਾਹਮਣੇ, ਕਿਉਂਕਿ ਉਦੋਂ ਇਹ ਖੇਡ ਖੇਡੀ ਜਾ ਰਹੀ ਸੀ, ਬਾਪ ਦੇ ਅੱਗੇ ਧੀ ਨੂੰ ਨੰਗਿਆ ਕਰਨਾ ਅਤੇ ਭਰਾ ਦੇ ਅੱਗੇ ਭੈਣ ਨੂੰ ਨੰਗਿਆ ਕਰਨਾ ਇਹ ਆਮ ਗੱਲਾਂ ਬਣ ਗਈਆਂ ਸੀ। ਤੇ ਉਸ ਪਰਿਵਾਰ ਦੇ ਵੀ ਸਾਰੇ ਜੀਆਂ ਦੇ ਕੱਪੜੇ ਲੁਹਾ ਦਿੱਤੇ ਗਏ, ਭਾਵੇਂ ਉਹ ਇੱਕ ਦੂਜੇ ਤੋਂ ਨਜ਼ਰਾਂ ਚੁਰਾਉਂਦੇ ਸਨ, ਪਰ ਸਭ ਤੋਂ ਵੱਡੀ ਸਜ਼ਾ ਭੁਗਤ ਰਹੇ ਸਨ। ਇੱਥੇ ਵਸਦੇ ਸੰਗਤ ਜੀ, ਮੇਰੀਆਂ ਭੈਣਾਂ ਮਟਾਵਾਂ ਬੈਠੀਆਂ, ਤੁਸੀਂ ਰਸੋਈ ਕਿਚਨ ਦੇ ਵਿੱਚ ਕੱਦੂ ਕਾਸ਼ ਵਰਤਦੇ ਹੋ ਮੂਲੀਆਂ ਵਾਸਤੇ, ਪਿਆਜ਼ ਵਾਸਤੇ ਜਾਂ ਗਾਜਰਾਂ ਵਾਸਤੇ ਨਾ, ਪਰ ਕਦੇ ਕਿਸੇ ਨੇ ਆਹ ਵੀ ਸੁਣਿਆ ਵੀ ਬੰਦੇ ਦਾ ਮਾਸ ਵੀ ਕੱਦੂ ਕਾਸ਼ ਕੀਤਾ ਜਾਵੇ? ਕਦੇ ਸੁਣਿਆ ਤੁਸੀਂ ਇਹ? ਪਰ ਆਹ ਕਿਲੀ ਬੋਦਲਾ ਪਿੰਡ ਦਾ ਉਹ ਘਰ ਇਸ ਗੱਲ ਦੀ ਗਵਾਹੀ ਭਰਦਾ। ਤੇ ਕਿਚਨ ਦੇ ਵਿੱਚੋਂ ਕੱਦੂ ਕਾਸ਼ ਚੁੱਕਿਆ ਗਿਆ ਤੇ ਲਿਆ ਕੇ ਪਰਿਵਾਰ ਦੇ ਮੈਂਬਰਾਂ ਦੇ ਜੋ ਅਰਥ ਨੰਗੇ ਕੀਤੇ ਹੋਏ ਸਨ ਉਹਨਾਂ ਦੇ ਮਾਸ ਤੇ ਕੱਦੂ ਕਾਸ਼ ਫੇਰਦੇ ਨੇ। ਬਜ਼ੁਰਗ ਮਾਤਾ ਇਕਬਾਲ ਸਿੰਘ ਕੌਰ ਦੀ, ਇਕਬਾਲ ਕੌਰ ਦੇ ਬਜ਼ੁਰਗ ਮਾਤਾ ਏ, 90 ਸਾਲ ਦੀ ਜਿਸ ਦੀ ਉਮਰ, ਕੱਦੂ ਕਾਸ਼ ਫੇਰ ਫੇਰ ਕੇ ਉਹ ਪਰਿਵਾਰ ਦੇ ਮੈਂਬਰਾਂ ਦਾ ਮਾਸ ਲਾਉਣ ਲੱਗ ਪਈ। ਫਿਰ ਡੀਜ਼ਲ ਸੀ ਘਰ ਦੇ ਵਿੱਚ, ਉਹਨੂੰ ਗਰਮ ਕਰ ਲਿਆ ਗਿਆ ਤੇ ਪਿੰਡ ਦੇ ਵਿੱਚ ਲੁੱਕ ਦੇ ਡਰੰਮ ਪੈ ਸਨ, ਸੜਕਾਂ ਬਣਦੀਆਂ ਸਨ, ਲੁੱਕ ਵੀ ਲਿਆਂਦੀ ਗਈ ਤੇ ਲੁੱਕ ਵੀ ਗਰਮ ਕਰ ਲਈ ਗਈ ਤੇ ਡੀਜ਼ਲ ਤੇ ਲੁੱਕ ਬਣਾ ਕੇ ਉਹਨਾਂ ਪਰਿਵਾਰ ਦੇ ਮੈਂਬਰਾਂ ਦੇ ਜਿਹੜੇ ਸਰੀਰ ਦੇ ਕੱਦੂ ਕਾਸ਼ ਫੇਰਿਆ ਗਿਆ, ਜਿਹੜੇ ਲਹੂ ਲਹਾਨ ਕੀਤੇ, ਗਰਮ ਗਰਮ ਡੀਜ਼ਲ ਤੇ ਲੁੱਕ ਪਾ ਦਿੱਤਾ, ਉਹ ਦਰਦਨਾਕ ਸਰੂਰ ਢੱਕ ਦਿੱਤਾ। ਇਹ ਕਹਿ ਰਹੇ
ਉਦੋਂ ਦਿਨ ਦੇ 10 ਵਜੇ ਹੋਏ ਸਨ। ਉਹਨਾਂ ਨੇ ਪਤਾ ਕੀਤਾ, ਸਰਦਾਰ ਬਿੰਦ ਸਿੰਘ ਉੱਥੇ ਪਹੁੰਚਿਆ, ਉਹ ਵਾਪਸ ਗਏ। ਉੱਧਰ ਭਾਈ ਦਲਾਪਤ ਸਿੰਘ ਅਤੇ ਬਲਵੰਤ ਸਿੰਘ ਆਤਕਿਓ ਪਤਾ ਸੂਰਮਿਆਂ ਨੂੰ, ਪਰ ਜਿਹੜਾ ਬੰਬ ਦੇ ਨਾਲ ਉੱਡਦਾ ਉਹਦਾ ਸਰੀਰ ਫੀਤਾ ਫੀਤਾ ਹੋ ਜਾਂਦਾ, ਇਹ ਪਤਾ ਨਹੀਂ। ਪਰ ਪਤਾ ਨਹੀਂ ਕਲਗੀਆਂ ਵਾਲੇ ਪਾਤਸ਼ਾਹ ਨੇ ਕੈਸੀ ਕਿਸ ਕੌਮ ਦੇ ਉੱਤੇ ਬਖਸ਼ਿਸ਼ ਕੀਤੀ, ਐਸੀ ਸੁਪਰਗ ਭਰ ਦਿੱਤੀ ਹੈ। ਜਦੋਂ ਆਪਾਂ ਦਮਦਮੇ ਸਾਹਿਬ ਦੀ ਗੱਲ ਕਰਦੇ ਹਾਂ ਨਾ, ਭਾਈ ਵੀਰ ਸਿੰਘ ਤੇ ਧੀਰ ਸਿੰਘ, ਉਹ ਸਤਿਗੁਰੂ ਮਹਾਰਾਜ ਨੇ ਬੰਦੂਕ ਪਰਖ ਲਈ ਸੀ ਅਤੇ ਦੋਨੋਂ ਛਾਲਾਂ ਮਾਰਦੇ ਅੱਗੇ ਆਏ। ਉਹ ਕਹਿੰਦਾ ਪਹਿਲਾ ਹੁਕਮ ਮੈਂ ਸੁਣਿਆ, ਦੂਜਾ ਕਹਿੰਦਾ ਮੈਂ ਸੁਣਿਆ। ਤੇ ਇੱਥੇ ਵੀ ਇਹੋ ਜਿਹੀ ਘਟਨਾ ਵਾਪਰੀ। ਦਿਲਾਵਰ ਸਿੰਘ ਕਹਿੰਦਾ ਮਨੁੱਖੀ ਬੰਬ ਮੈਂ ਬਣਾਂਗਾ, ਬਲਵੰਤ ਸਿੰਘ ਕਹਿੰਦਾ ਮੈਂ ਬਣਾਂਗਾ। ਇਹ ਦੋਨੋਂ ਜਦੋਂ ਜ਼ਿੱਦ ਕਰ ਰਹੇ ਸਨ, ਪਰ ਜਦੋਂ ਪਰਚੀ ਪੈ ਗਈ ਉਹ ਭਾਈ ਦਿਲਾਵਰ ਸਿੰਘ ਦੇ ਨਾਂ ਦੀ ਆਈ। ਭਾਵੇਂ ਥੋੜਾ ਜਿਹਾ ਹੌਸਲਾ ਢਾਉਣ ਲੱਗਿਆ ਸੀ ਬਲਵੰਤ ਸਿੰਘ, ਤੇ ਜਗਤਾਰ ਸਿੰਘ ਨੇ ਆਖਿਆ ਹਵਾਲੇ ਨੇ ਉਹ ਸੂਰਮਿਆਂ, ਦੁਸ਼ਟਾਂ ਦੀ ਕਤਾਰ ਤਾਂ ਬੜੀ ਲੰਮੀ ਨੇ ਤੇ ਸਮੇਂ ਮਿਲ ਜਾਇਆ ਕਰਦੇ ਨੇ, ਹੌਸਲਾ ਨਾ ਹਾਰ ਸਾਥ ਦੇ। ਉਹ ਸੂਰਮੇ ਨੇ ਸਾਥ ਦਿੱਤਾ। ਜਦੋਂ ਸਾਰੀਆਂ ਖਬਰਾਂ ਪਹੁੰਚੀਆਂ ਭਾਈ ਦਿਲਾਵਰ ਸਿੰਘ ਨੂੰ, ਤੇ ਉਸ ਕਮਿਸ਼ਨ ਕਾਰ ਦੇ ਵਿੱਚ ਉਹ ਬਿੰਦ ਆਪਣੇ ਲੱਕ ਨੂੰ ਬੰਨ ਕੇ ਇਹ ਸੂਰਮਾ ਉੱਥੇ VIP ਜਿਹੜੀ ਪਾਰਕਿੰਗ ਸੀ ਕਾਰ ਖੜੀ ਕਰ ਦਿੱਤੀ। ਆਟਕਿਓ ਜਦੋਂ ਪਾਪਾਂ ਦਾ ਅੰਤ ਹੋ ਜਾਵੇ ਉਦੋਂ ਉਹ ਪਰਮਾਤਮਾ ਵੀ ਸਜ਼ਾ ਦਿੰਦਾ ਹੈ। 5:10 ਜਦੋਂ ਹੋਏ ਤੇ ਵਾਪਸ ਆਪਣੇ ਘਰ ਨੂੰ ਬਿੰਦ ਸਿੰਘ ਜਾਣ ਲੱਗਿਆ, ਮਿੰਨੀ ਸਕਰੇਟ ਦੇ ਵਿੱਚੋਂ ਬਾਹਰ ਨਿਕਲਿਆ, ਜਿਉਂ ਜਿਉਂ ਪੌੜੀਆਂ ਉੱਤਰ ਕੇ ਉਹ ਆਪਣੀ ਕਾਰ ਵੱਲ ਵਧਿਆ, ਤਿਉਂ ਤਿਉਂ ਸੂਰਮਾ ਭਾਈ ਦਿਲਾਵਰ ਸਿੰਘ ਆਪਣੀ ਕਾਰ ਦੇ ਵਿੱਚੋਂ ਉਹਦੇ ਵੱਲ ਵਧਿਆ ਸੀ। ਤੇ ਸ਼ਹੀਦ ਕਹਿੰਦਾ ਸੀ ਬਹੁਤ ਦਿਲਾਵਰ ਸਿੰਘ ਵੇਖੀ ਕਿਤੇ ਤੈਨੂੰ ਸ਼ਹੀਦਾਂ ਦੇ ਪਵਿੱਤਰ ਲਹੂ ਦਾ ਵਾਸਤਾ, ਇਹਨੇ ਮਾਮਾ ਤੇ ਪੁੱਤ ਮਾਰੇ, ਮਾਮਾ ਅੱਲੀਆਂ ਕਰ ਦਿੱਤੀਆਂ, ਅੱਜ ਬਦਲਾ ਕਰ।
ਮੇਰਾ ਸੁਕਾ